ਅੱਜ ਲੁਧਿਆਣਾ ਦੇ ਪਿੰਡ ਸੁਨੇਤ ਗੁਰਦੁਆਰਾ ਸਿੰਘ ਸਭਾ ਵਿਖੇ ਸਾਹਿਬਜ਼ਾਦਾ ਜੁਝਾਰ ਸਿੰਘ ਸੇਵਾ ਸੁਸਾਇਟੀ ਵੱਲੋਂ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕ ਹਰਜਤ ਸਿੰਘ ਨਾਨਕ ਨੇ ਦੱਸਿਆ ਕਿ ਯੁਵਾ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਡੀ ਸੁਸਾਇਟੀ ਵੱਲੋਂ ਇਹ ਪਹਿਲਾ ਉਪਰਾਲਾ ਕੀਤਾ ਗਿਆ। ਉਹਨਾਂ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ, ਇੱਕ ਖੂਨ ਦੇ ਕਤਰੇ ਨਾਲ 5 ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਉਹਨਾਂ ਉੱਥੇ ਹੀ ਯੁਵਾ ਪੀੜ੍ਹੀ ਨੂੰ ਸਮਾਜ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨ ਲਈ ਵੀ ਅਪੀਲ ਕੀਤੀ। ਅੱਜ ਸਾਹਿਬਜ਼ਾਦਾ ਜੁਝਾਰ ਸਿੰਘ ਸੇਵਾ ਸੁਸਾਇਟੀ ਵੱਲੋਂ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹਰਜਤ ਸਿੰਘ ਨਾਨਕ ਗਰੇਵਾਲ ਦੀ ਅਗਵਾਈ ਦੇ ਵਿੱਚ, ਬੜੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਅੱਜ ਇੱਥੇ ਆਪਣਾ ਜਿਹੜਾ ਬਲੱਡ ਆ ਉਹ ਡੋਨੇਟ ਕੀਤਾ ਵਾ। ਅਤੇ ਨੌਜਵਾਨਾਂ ਨੂੰ ਇਹੀ ਅਪੀਲ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇਹ ਇਸ ਤਰ੍ਹਾਂ ਦੇ ਜਿਹੜੇ ਸਮਾਜ ਸੇਵੀ ਕੰਮ ਆ ਉਹਦੇ ਵਿੱਚ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਬਈ ਮੇਰਾ ਨਾਂ ਹਰਜਤ ਸਿੰਘ ਨਾਨਕ, ਇਹ NGO ਸਾਹਿਬਜ਼ਾਦਾ ਜੁਝਾਰ ਸਿੰਘ ਸੇਵਾ ਸੁਸਾਇਟੀ ਵੱਲੋਂ ਲਾਇਆ ਗਿਆ। ਇਹਦੇ 'ਚ ਜਿੱਥੇ ਬਲੱਡ ਦੀ ਲੋੜ ਹੁੰਦੀ, ਐਕਸੀਡੈਂਟ ਹੁੰਦੇ ਆ ਕਈ ਚੀਜ਼ਾਂ, ਉਹਦੇ ਕਰਕੇ ਬਲੱਡ ਕੈਂਪ ਲਾਇਆ ਗਿਆ ਸੀ। ਇਹ 'ਚ ਸਾਡੇ ਉਪਰਾਲੇ ਦਾ ਹੁਣ 70 ਕੁ ਯੂਨਿਟ ਆਹ ਬਲੱਡ ਆ ਗਿਆ ਵਾ, ਹੋਰ ਹਜੇ ਆ ਰਿਹਾ, 4 ਵਜੇ ਤੱਕ ਚੱਲਣਾ ਵਾ ਇਹ। ਅਤੇ ਬਾਕੀ ਸਾਰੇ ਮਿੱਤਰ ਭਰਾ ਹੁਮ ਹੁਮ ਆ ਕੇ ਪਹੁੰਚ ਰਹੇ ਨੇ। ਕਿੰਨਵਾਂ ਕੈਂਪ ਆ ਜੀ ਤੁਹਾਡਾ? ਇਹ ਸਾਡਾ ਪਹਿਲਾ ਹੀ ਕੈਂਪ ਹੈ, ਇਹ ਪਹਿਲਾ ਹੀ ਉਪਰਾਲਾ ਸਾਡਾ, ਇਦੋਂ ਪਹਿਲਾਂ ਨਹੀਂ ਕੀਤਾ, ਇਹ ਪਹਿਲਾ ਹੀ ਕੈਂਪ ਆ। ਹਾਂਜੀ, ਇਹ ਲਗਾਤਾਰ ਜਾਰੀ ਰਹੂਗਾ। ਯੁਵਾ ਪੀੜ੍ਹੀ ਨੂੰ ਬਸ ਇਹੀ ਕਿ ਨਸ਼ਾ ਤੋਂ ਦੂਰ ਰਹਿਣੀ, ਸਮਾਜ ਸੇਵਾ ਦੇ ਕੰਮ 'ਚ ਹਿੱਸਾ ਪਾਉਣ। ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ।